ਸਵਾਗਤ ਹੈ ਨਰਸਿਸ ਜਿਹੜੇ ਨੇ ਕਾਫੀ ਲੋਕ ਜਿਹੜੇ ਅੱਜ ਇਕੱਠੇ ਹੋਏ ਨੇ ਕਾਫੀ ਦੂਰੋਂ ਦੂਰੋਂ ਆਏ ਨੇ ਮੁਹਾਲੀ ਰਿਆਨ ਆਰ ਆਈ ਪੁਲਿਸ ਸਟੇਸ਼ਨ ਤੇ ਇਹਨਾਂ ਦਾ ਕਹਿਣਾ ਹੈ ਕਿ ਪੀ ਆਰ ਦਵਾ ਕੇ ਆਸਟ੍ਰੇਲੀਆ ਭੇਜਣ ਦਾ ਚਾਂਸਾ ਦਿੱਤਾ ਗਿਆ ਸੀ ਇੰਸਟੀਚੂਟ ਵੱਲੋਂ ਗੱਲ ਕੀਤੀ ਗਈ ਸੀ ਕਿ ਆਸਟ੍ਰੇਲੀਆ ਭੇਜਿਆ ਜਾਏਗਾ ਪੀ ਆਰ ਹੋ ਕੇ ਸਿੱਧਾ ਉਹਦੇ ਬਾਅਦ ਫਿਰ ਇੱਕ ਕੋਰਸ ਕੀਤਾ ਗਿਆ ਲੇਕਿਨ ਉਸ ਤੋਂ ਬਾਅਦ ਜਿਹੜਾ ਇੱਥੇ ਰੁੱਲ ਰਹੇ ਨੇ ਸੋ ਅੱਜ ਪੁਲਿਸ ਕੋਲ ਗੁਹਾਰ ਲਾਉਣ ਆਏ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਮ ਕੀ ਨਾਮ ਹੈ ਮੇਰਾ ਨਾਮ ਹਰਵਿੰਦਰ ਕੌਰ ਹੈ ਮੈਂ ਰਾਜਪੁਰਾ ਤੋਂ ਬਿਲੋਂਗ ਕਰਦੀ ਆਂ ਅਸੀਂ ਆਈ ਐਚ ਐਮ ਜਿਹੜਾ ਸੀਗਾ ਐਸਓਆਈਐਸ ਮੋਹਾਲੀ ਦੇ ਥਰੂ ਜੁਆਇਨ ਕੀਤਾ ਸੀਗਾ ਸਾਨੂੰ ਇਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਕਿ 1 ਸਾਲ ਦਾ ਕੋਰਸ ਇੱਥੇ ਕਰਵਾ ਕੇ ਜਿਹਦੇ ਵਿੱਚੋਂ ਕਿ 6 ਮਹੀਨੇ ਸਟੱਡੀ ਅਸੀਂ ਇੱਥੇ ਕਰਨੀ ਹੈ ਉਸ ਤੋਂ ਬਾਅਦ ਲੈਂਗੁਏਜ ਟੈਸਟ ਕਲੀਅਰ ਕਰਕੇ ਅਸੀਂ ਸਾਰੇ ਜਣੇ ਬਾਹਰ ਜਾਵਾਂਗੇ ਔਰ ਉੱਥੇ ਬ੍ਰੀਜਿੰਗ ਪ੍ਰੋਗਰਾਮ ਕਰਾਂਗੇ 3 ਮੰਥਸ ਦਾ ਜਿਸ ਤੋਂ ਬਾਅਦ ਕਿ ਅਸੀਂ ਉੱਥੇ ਆਫਰਾ ਦੇ ਵਿੱਚ ਅਪਲਾਈ ਕਰਕੇ ਰਜਿਸਟ੍ਰੇਸ਼ਨ ਹੋ ਕੇ ਐਜ਼ ਅ ਰਜਿਸਟਰਡ ਨਰਸ ਲੇਟਰ ਆਨ ਅਸੀਂ ਉੱਥੇ ਕੰਮ ਕਰ ਸਕਦੇ ਆਂ ਲੇਕਿਨ ਸਾਡਾ 6 ਮਹੀਨੇ ਦਾ ਕੋਰਸ ਪੂਰਾ ਹੋਣ ਤੋਂ ਬਾਅਦ ਮੇਰਾ ਐਡਸ ਵੀ ਕਲੀਅਰ ਹੋ ਗਿਆ ਸੀਗਾ ਟਿਲ ਡੇਟ ਅਸੀਂ ਇੱਥੇ ਰੁਲ ਰਹੇ ਹਾਂ ਕਾਲਜ ਨੇ ਫੀਸ ਵੀ ਸਾਡੀ ਲੈ ਲਈ ਤੇ ਜਿਹੜੀ ਫੀਸ ਜਿਹੜੀ ਸੀਗੀ ਐਸਓਆਈਐਸ ਵੱਲੋਂ ਆਈਐਚਐਮ ਨੂੰ ਅੱਗੇ ਨਹੀਂ ਪਹੁੰਚਾਈ ਗਈ ਜਿਸ ਕਰਕੇ ਕਾਲਜ ਆਈਐਚਐਮ ਵਾਲਿਆਂ ਨੇ ਆਪਣਾ ਜਿਹੜਾ ਐਮਓਆਈ ਸੀਗਾ ਐਸਓਆਈਐਸ ਦੇ ਨਾਲ ਰੱਦ ਕਰ ਦਿੱਤਾ ਕਾਲਜ ਦੇ ਵੱਲੋਂ ਅਸੀਂ ਜੇ ਪੁੱਛਦੇ ਸੀਗੇ ਕਿ ਸਾਡੇ ਅਫੀਸਾਂ ਦਾ ਕੀ ਬਣਿਆ ਤੇ ਸਾਡੇ ਕੋਰਸ ਦਾ ਕੀ ਬਣਿਆ ਇਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀ ਹੁੰਦਾ ਜੇ ਅਸੀਂ ਆਈਐਚਐਮ ਤੋਂ ਪੁੱਛਦੇ ਸੀਗੇ ਕਿ ਸਾਨੂੰ ਰਿਫੰਡ ਕੌਣ ਕਰੇਗਾ ਜਿਹੜਾ ਪੈਸਾ ਸਾਡਾ ਗਿਆ ਹੋਇਆ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀਗਾ ਇਸ ਸਬ ਦੇ ਵਿੱਚ ਅਸੀਂ 1 ਸਾਲ ਤੋਂ ਜ਼ਿਆਦਾ ਹੋ ਗਿਆ ਸੀਗਾ ਸਾਨੂੰ ਪਰੇਸ਼ਾਨ ਹੁੰਦੇ ਹੁੰਦੇ ਅਲਟੀਮੇਟਲੀ ਫਿਰ ਅਸੀਂ 2019 ਦੇ ਵਿੱਚ ਸਭ ਤੋਂ ਪਹਿਲੇ ਸੌਰੀ ਅਗਸਟ 14 2020 ਦੇ ਵਿੱਚ ਐਸਐਸਪੀ ਆਫਿਸ ਮੋਹਾਲੀ 'ਚ ਦਰਖਾਸਤ ਦਿੱਤੀ ਸੀਗੀ ਜਿਹਦੇ ਉੱਤੇ 6 ਮਹੀਨੇ ਤੱਕ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਨੇ ਕਾਰਵਾਈ ਕਰਦੇ ਹੋਏ ਫੇਜ਼ 1 ਵਿੱਚ ਸਾਡੀ ਕੰਪਲੇਨਟ ਟਰਾਂਸਫਰ ਕੀਤੀ ਸੀਗੀ ਫੇਜ਼ 1 ਦੇ ਪੁਲਿਸ ਆਫਿਸਰਸ ਨੇ ਕਿਹਾ ਕਿ ਉਹ ਤਾਂ ਸਾਡੇ ਬੰਦੇ ਆ ਤੁਸੀਂ ਜੋ ਜਿੰਨਾ ਜ਼ੋਰ ਲਾ ਸਕਦੇ ਤੁਸੀਂ ਲਗਾ ਲਓ ਸਾਡਾ ਕੁਝ ਨਹੀਂ ਹੋ ਸਕਦਾ ਨਾ ਐਸਵਾਈਐਸ ਦਾ ਤੁਸੀਂ ਕੁਝ ਉਖਾੜ ਸਕਦੇ ਆ ਫਿਰ ਸਾਨੂੰ ਐਨ ਆਰ ਆਈ ਵਿੰਗ ਤੋਂ ਮੈਨੂੰ ਕਾਲ ਗਿਆ ਸੀਗਾ ਕਿ ਆਈ ਐਚ ਐਮ ਤੋਂ ਤੁਸੀਂ ਐਨਰੋਲ ਸੀਗੇ ਮੈਂ ਕਿਹਾ ਹਾਂਜੀ ਸਰ ਤਾਂ ਮੈਨੂੰ ਜਿਹੜੇ ਗੁਰਦੀਪ ਸਰ ਸੀਗੇ ਉਹਨਾਂ ਨੇ ਪੁੱਛਿਆ ਕਿ ਤੂੰ ਆਈ ਐਚ ਐਮ ਨੇ ਐਸ ਆਈ ਐਸ ਦੇ ਅਗੇਂਸਟ ਕੰਪਲੀਟ ਫਾਈਲ ਕੀਤੀ ਹੈ ਤੇ ਤੁਸੀਂ ਕੀ ਉਹਦੇ ਵਿੱਚ ਤੁਹਾਡਾ ਕੀ ਵਰਜਨ ਹੈ ਤਾਂ ਫਿਰ ਮੈਂ ਆਪਣੀ ਪੂਰੀ ਸਟੇਟਮੈਂਟ ਔਰ ਜੋ ਵੀ ਮੇਰੇ ਕਨਸਰਨ ਸੀਗੇ ਮੈਂ ਇਹਨਾਂ ਨੂੰ ਲਿਖ ਕੇ ਪੇਸ਼ ਕੀਤੇ ਜਿਹਦੇ ਵਿੱਚ ਕਿ ਮੈਨੂੰ ਉਹਨਾਂ ਨੇ ਆਈ ਡੀਸ ਦਿੱਤੀਆਂ ਔਰ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਕਾਰਵਾਈ ਸ਼ੁਰੂ ਕਰਦੇ ਹੋਏ ਸਾਨੂੰ ਇਹਨਾਂ ਨੇ ਸਟੇਟਮੈਂਟ ਦੇਣ ਵਾਸਤੇ ਕਿਹਾ ਮੈਂ ਸਟੇਟਮੈਂਟ ਸਾਰੇ ਪ੍ਰੂਫਸ ਦੇ ਨਾਲ ਇਹਨਾਂ ਦੇ ਕੋਲ ਜਮ੍ਹਾਂ ਕਰਾਈ ਔਰ ਉਹਦੇ ਵਿੱਚ ਵੀ ਹਲੇ ਤੱਕ ਸਾਨੂੰ ਲਟਕਾਇਆ ਹੀ ਜਾ ਰਿਹਾ ਹਲੇ ਤੱਕ ਜਸਟ ਗੱਲਬਾਤ ਹੀ ਹੋ ਰਹੀ ਹੈ ਦੋਨੋਂ ਪਾਰਟੀਆਂ ਦਾ ਪੱਖ ਸੁਣਿਆ ਜਾ ਰਿਹਾ ਲੇਕਿਨ ਹਲੇ ਤੱਕ ਕੋਈ ਵੀ ਇਸ ਦਾ ਹੱਲ ਨਹੀਂ ਪੇਸ਼ ਕੀਤਾ ਗਿਆ ਮੈਮ ਤੁਹਾਡਾ ਕੀ ਨਾਮ ਹੈ ਹਾਂਜੀ ਸਰ ਮੇਰਾ ਨਾਮ ਲਵਪ੍ਰੀਤ ਹੈ ਜੀ ਮੈਂ ਜੀ ਸੰਗਰੂਰ ਡਿਸਟ੍ਰਿਕਟ ਤੋਂ ਆ ਰਹੀ ਲਵਪ੍ਰੀਤ ਜੀ ਤੁਸੀਂ ਦੱਸੋ ਪਹਿਲਾਂ ਤਾਂ ਇਹ ਕਦੋਂ ਤੁਹਾਨੂੰ ਪਤਾ ਲੱਗਿਆ ਸੀ ਕੋਈ ਇੰਸਟੀਚਿਊਟ ਹੈਗਾ ਜਿੱਥੇ ਇਸ ਤਰੀਕੇ ਦਾ ਕੋਰਸ ਜਿਹੜਾ ਕਰਵਾਇਆ ਜਾਏਗਾ ਕਦੋਂ ਦੀ ਗੱਲ ਐ ਫਿਰ ਜਿਹੜੀਆਂ ਫੀਸਾਂ ਭਰਨ ਦੀ ਗੱਲ ਕੀਤੀ ਕਿੰਨੀਆਂ-ਕਿੰਨੀਆਂ ਤੁਸੀਂ ਫੀਸਾਂ ਭਿੱਤੀਆਂ ਸੀਆਂ ਬੈਚ ਦੀਆਂ ਕਿੰਨੀਆਂ ਫੀਸਾਂ ਭਰੀਆਂ ਸੀ ਉਸ ਤੋਂ ਬਾਅਦ ਕਿੰਨਾ ਹੋਰ ਖਰਚਾ ਕਿੰਨਾ ਹੋਇਆ ਸਰ ਮੈਂ ਇਹਨਾਂ ਦੀ ਨਾ ਐਡ ਦੇਖੀ ਸੀ ਕਿ ਜੂਨ 2019 ਦੇ ਵਿੱਚ ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਸੀਗਾ ਕਿ ਇਹ ਓਪਰਚ्युनिटी ਮਿਲ ਰਹੀ ਹੈ ਨਰਸਿਸ ਨੂੰ ਵਿਦਾਊਟ ਆਇਲੈਸ ਤੁਸੀਂ ਕੀ ਆ ਆਸਟ੍ਰੇਲੀਆ ਦੀ ਰਜਿਸਟਰਡ ਨਰਸ ਬਣ ਸਕਦੇ ਹੋ ਠੀਕ ਐ ਉਸ ਤੋਂ ਬਾਅਦ ਜਦੋਂ ਮੈਂ ਇਹਨਾਂ ਦੀ ਐਡ ਦੇਖੀ ਉਸ ਤੋਂ ਬਾਅਦ ਮੈਂ ਉੱਥੇ ਗਈ ਉੱਥੇ ਸੋਨਮ ਮੈਮ ਸੀਗੇ ਠੀਕ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਇਹ ਕੋਰਸ ਕਰਨ ਲਈ ਐਲੀਜੀਬਲ ਹੋ ਠੀਕ ਹੈ ਉਹਨਾਂ ਨੇ ਕਿਹਾ ਸੀਗਾ ਅਸੀਂ ਆਫਰਾਂ ਤੋਂ ਮਤਲਬ ਰਜਿਸਟ੍ਰੇਸ਼ਨ ਮੰਗਵਾਵਾਂਗੇ ਉਹਦੇ ਲਈ ਉਹਨਾਂ ਨੇ 5000 ਫੀਸ ਲਈ ਹੈ ਨਾ ਵੀ ਪਹਿਲਾਂ ਉਹ ਚੈੱਕ ਹੋਣਗੇ ਤੁਹਾਡੇ ਡਾਕੂਮੈਂਟਸ ਠੀਕ ਹੈ ਵੀ ਤੁਸੀਂ ਐਲੀਜੀਬਲ ਹੈਗੇ ਵੀ ਹੋ ਕਿ ਨਹੀਂ ਹੈਗੇ ਠੀਕ ਹੈ ਇਸ ਤੋਂ ਬਾਅਦ ਇਹਨਾਂ ਨੇ ਮੈਨੂੰ ਜਦ ਹੀ ਕਿਹਾ ਤੁਸੀਂ ਐਲੀਜੀਬਲ ਹੋ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਹਿੰਦੇ ਇੱਕ 25 ਤੁਹਾਨੂੰ ਪਹਿਲਾਂ ਦੇਣਾ ਪਵੇਗਾ 1,25,000 1,75,000 15 ਦਿਨਾਂ ਬਾਅਦ ਮਤਲਬ ਟੋਟਲ ਇਹਨਾਂ ਨੇ 3 ਲੱਖ ਰੁਪਇਆ ਸਾਥੋਂ ਫੀਸ ਲੈ ਲਈ ਉਹਦੇ ਚ ਸਰ ਨੇ ਮੈਨੂੰ ਕਿਹਾ ਸੀ ਗਿੱਲ ਸਰ ਨੇ ਕਹਿੰਦੇ ਵੀ ਤੁਸੀਂ ਇਧਰੋਂ ਹੀ ਆ ਰਹੇ ਹੋ ਕੇ ਰਜਿਸਟਰਡ ਨਰਸ ਆਸਟ੍ਰੇਲੀਆ ਦੀ ਬਣ ਕੇ ਜਾਓਗੇ ਠੀਕ ਹੈ ਤੇ ਉਧਰ ਕੀ ਹੈ ਤੁਸੀਂ 3 ਮਹੀਨੇ ਦਾ ਪ੍ਰੈਕਟੀਕਲ ਕਰਨਾ ਉਸ ਤੋਂ ਬਾਅਦ ਤੁਸੀਂ ਆਪ ਦਾ ਵਰਕ ਪਰਮਿਟ ਅਪਲਾਈ ਕਰ ਦੋ ਠੀਕ ਹੈ ਤੇ ਉਧਰ ਹੀ ਤੁਹਾਨੂੰ 6 ਲੱਖ ਦੇ ਵਿੱਚ ਪੀਆਰ ਸਾਰੀ ਫੈਮਿਲੀ ਪੀਆਰ ਜਦ ਕਿ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਕੋਰਸ ਪੂਰੇ ਕੀਤੇ ਨੂੰ ਵੀ ਸਰ ਸਾਲ ਹੋ ਗਿਆ ਤੇ ਅੱਜ ਤੱਕ ਅਸੀਂ ਇੱਥੇ ਹੀ ਫਿਰ ਰਹੇ ਹਾਂ ਤੋ ਗੱਲਬਾਤ ਹੋਈ ਆ ਹੁਣ ਤੁਸੀਂ ਪੁਲਿਸ ਨੂੰ ਮਿਲੇ ਹੋ ਕਿਹਨਾਂ ਨਾਲ ਤੁਹਾਡੀ ਮੀਟਿੰਗ ਹੋਈ ਤੇ ਉਹਨਾਂ ਵੱਲੋਂ ਕੀ ਕਿਹਾ ਗਿਆ ਸਰ ਜਿਹੜੇ ਮੇਨ ਬੰਦੇ ਹੈਗੇ ਆ ਕ੍ਰਿਸਪੀ ਖਹਿਰਾ ਤੇ ਦਵਿੰਦਰ ਗੱਲ ਸਰ ਠੀਕ ਹੈ ਉਹ ਤਾਂ ਇੱਥੇ ਆਂਦੇ ਹੀ ਨਹੀਂ ਜਿਨ੍ਹਾਂ ਨਾਲ ਸਾਡਾ ਕੰਸਰਨ ਠੀਕ ਹੈ ਉਹ ਕੀ ਆ ਇੱਕ ਹੈਗੇ ਉਹਨਾਂ ਦੇ ਫੈਕਿਲਟੀ ਆ ਠੀਕ ਹੈ ਉਹਨਾਂ ਨੂੰ ਬਾਹਰੋਂ ਭੇਜ ਰਹੇ ਆ ਠੀਕ ਹੈ ਮਿਸਟਰ ਬਵੇਕ ਉਹ ਇੱਥੇ ਆ ਰਹੇ ਨੇ ਜਦ ਕਿ ਉਹਨਾਂ ਦਾ ਤਾਂ ਇੱਥੇ ਆਉਣ ਦਾ ਕੋਈ ਮਕਸਦ ਹੀ ਨਹੀਂ ਜਿਹੜੇ ਬੰਦੇ ਨਾਲ ਸਾਡੀ ਗੱਲ ਹੋਣੀ ਚਾਹੀਦੀ ਉਹ ਤਾਂ ਆ ਨਹੀਂ ਰਹੇ ਕਿਉਂ ਨਹੀਂ ਆ ਰਹੇ ਕਿਉਂਕਿ ਉਹਨਾਂ ਨੇ ਕੁਝ ਗਲਤ ਕੀਤਾ ਇਸੇ ਲਈ ਨਹੀਂ ਸਾਹਮਣੇ ਆ ਰਹੇ ਜੇ ਉਹਨਾਂ ਨੇ ਸਹੀ ਕੀਤਾ ਤਾਂ ਪਲੀਜ਼ ਸਾਡੇ ਸਾਹਮਣੇ ਆਉਣ ਠੀਕ ਹੈ ਕੱਲ੍ਹ ਬਾਤ ਅੱਜ ਕਿੰਨਾ ਨਾ ਹੋਈ ਆ ਪੁਲਿਸ ਨੇ ਤੁਹਾਨੂੰ ਕੀ ਕਿਹਾ ਕਿ ਤੁਸੀਂ ਕੰਪਲੇਂਟ ਜਿਹੜੀ ਸਬਮਿਟ ਕਰਵਾਈ ਆਪਣੀ ਸਰ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਆਧੀਆਂ ਰਿਟਰਨ ਦੇ ਵਿੱਚ ਕੰਪਲੇਂਟਸ ਦੋ ਠੀਕ ਹੈ ਫਿਰ ਜਿਹੜੀਆਂ ਸਾਡੀਆਂ ਕੰਪਲੇਂਟਸ ਹੋਣਗੀਆਂ ਉਹਦੇ ਹਿਸਾਬ ਨਾਲ ਫਿਰ ਉਹ ਕੰਪਲੇਂਟਸ ਪੜਨਗੇ ਜਿਹੜੇ ਹੈਗੇ ਕ੍ਰਿਸਪੀ ਖਹਿਰਾ ਤੇ ਦਵਿੰਦਰ ਗਿੱਲ ਜਿਹੜੇ ਵਿਵੇਕ ਸਰ ਨੇ ਫਿਰ ਉਹ ਰਿਪਲਾਈ ਕਰਨਗੇ ਉਹ ਕੀ ਕਰਨਗੇ ਉਹ ਵੀ ਸਾਨੂੰ ਰਿਟਰਨ ਦੇ ਵਿੱਚ ਰਿਪਲਾਈ ਦੇ ਦੇਣਗੇ ਅਸੀਂ ਉਹ ਰਿਪਲਾਈ ਤੋਂ ਕੀ ਲੈਣਾ ਸਾਡਾ ਮੇਨ ਮਕਸਦ ਹੈ ਜਿਵੇਂ ਕਿਵੇਂ ਕਰਕੇ ਜਾਂ ਤਾਂ ਸਾਨੂੰ ਆਸਟ੍ਰੇਲੀਆ ਭੇਜੋ ਜੇ ਤੁਸੀਂ ਨਹੀਂ ਭੇਜ ਸਕਦੇ ਤਾਂ ਸਾਡਾ 6 ਲੱਖ ਦਾ 6 ਲੱਖ ਸਾਨੂੰ ਵਾਪਸ ਦਿਓ ਕਿਉਂਕਿ ਇਹਨਾਂ ਨੇ ਸਾਡੇ ਨਾਲ ਜਿਹੜੀ ਕਮਿਟਮੈਂਟ ਕੀਤੀ ਸੀ ਉਹ ਤਾਂ ਹੈ ਹੀ ਨਹੀਂ ਅਸੀਂ ਉਹ ਸਰਟੀਫਿਕੇਟ ਤੋਂ ਕੀ ਲੈਣਾ ਉਹ ਉਹ ਡਿਪਲੋਮੇ ਤੋਂ ਕੀ ਲੈਣਾ ਆਖਰੀ ਵਾਰ ਉਹਨਾਂ ਨਾਲ ਕਦੋਂ ਗੱਲ ਹੋਈ ਸੀ ਤੇ ਉਹਨਾਂ ਨੇ ਉਦੋਂ ਕੀ ਕਿਹਾ ਸੀਗਾ ਕੋਈ ਗੱਲਬਾਤ ਕਰਨ ਨੂੰ ਤਿਆਰ ਨੇ ਕਿ ਤੁਹਾਡਾ ਹੱਲ ਕੀਤਾ ਜਾਏਗਾ ਜਾਂ ਫੋਨ ਚੱਕ ਰਹੇ ਨੇ ਕੀ ਗੱਲਬਾਤ ਹੋ ਰਹੀ ਸਰ ਉਹ ਕਿਸੇ ਦਾ ਕੋਈ ਫੋਨ ਨਹੀਂ ਚੱਕਦੇ ਠੀਕ ਹੈ ਕਿਉਂਕਿ ਉਹਨਾਂ ਨੇ ਉਹਨਾਂ ਨੇ ਹੁਣ ਇਹ ਕਹਿਤਾ ਕਿ ਆਈ ਐਚ ਐਮ ਨਾਲ ਤੁਹਾਡਾ ਸਿੱਧਾ ਕੰਟੈਕਟ ਹੈ ਠੀਕ ਹੈ ਜਦ ਕਿ ਇਹਨਾਂ ਨੇ ਪਹਿਲਾਂ ਸਾਨੂੰ ਇਹ ਕਿਹਾ ਸੀ ਸਾਰੇ ਰਿਸਪੌਂਸਿਬਿਲਟੀ ਸਾਡੀ ਹੋਏਗੀ ਠੀਕ ਹੈ ਤਾਂ ਹੁਣ ਇਹ ਤਾਂ ਕੁਝ ਵੀ ਨਹੀਂ ਕਰ ਰਹੇ ਆ ਤੁਸੀਂ ਦੱਸੋ ਮੈਮ ਕੀ ਨਾਮ ਹੈ ਕਿੱਥੋਂ ਆ मेरा नाम संजीव है मैं हरियाणा फतेहाबाद से आई हूँ मैंने बीएससी नर्सिंग की थी 2019 में तब मैंने इनकी इंस्टा पे पोस्ट देखी फिर मैंने सोनम मैम है जो यहाँ पे उनके पास मैंने कॉल की कॉल करने के बाद उन्होंने बोला कि आप एक बार आइए आप विजिट कीजिए ठीक है हम आपके डॉक्यूमेंट चेक करेंगे एलिजिबल हो या नहीं हो उसके बाद हम यहाँ पे आए उन्होंने बस फाइव आफ्टर फाइव मिनट में चेक करके बोलते हैं, आप एलिजिबल हो आप आगे प्रोसीड कर सकते हो उसके बाद मैंने अपने सारे डॉक्यूमेंट सबमिट किए उन्होंने मुझे फर्दर ये नहीं बताया कि आपके लिए आईलेट्स कंपल्सरी है उन्होंने मुझे बस इतना बोला कि आप ब्रीजिंग के डायरेक्ट जाओगे सारी रिस्पॉन्सिबिलिटी हमारी है ठीक है उन्होंने मुझे सारा प्रोसीजर समझाया मैंने अपना कोर्स कंटिन्यू किया

पर कितने कितने अपना फर्ज ਹੁੰਦਾ ਚੈੱਕ ਕਰਨਾ ਕਿ ਜੋ ਉਹ ਕਹਿ ਰਹੇ ਨੇ ਕਿ ਵਾਕਈ ਉਹ ਸਹੀ ਨੇ ਕਿਉਂਕਿ ਅੱਜ ਕੱਲ ਚਾਂਸ ਅਕਸਰ ਬਹੁਤ ਕੰਪਨੀਆਂਸ ਵੱਲੋਂ ਦਿੱਤਾ ਜਾ ਰਿਹਾ ਇੰਸਟੀਟਿਊਟਸ ਵੱਲੋਂ ਸੋ ਤੁਸੀਂ ਕੋਈ অথেন্টিਕੇਸ਼ਨ ਵਗੈਰਾ ਚੈੱਕ ਨਹੀਂ ਕੀਤੀ ਕਿਸੇ ਹੋਰ ਸਟੂਡੈਂਟਸ ਨਾਲ ਜਾਂ ਹੋਰ ਨਰਸਿਸ ਨਾਲ ਗੱਲਬਾਤ ਹੋਈ ਹੋਵੇ ਜਿਨ੍ਹਾਂ ਨੂੰ ਇਹਨਾਂ ਨੇ ਵਾਕਈ ਪਹੁੰਚਾਇਆ ਹੋਵੇ ਕੋਈ ਇਸ ਤਰੀਕੇ ਦਾ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਗੀ ਜਦੋਂ ہم یہاں پہ ਆਏ ਤਾਂ ਹਮਸੇ ਪਹਿਲੇ ਇੱਕ ਬੈਚ تھا ਇਨ ਜੋ ਹਮਾਰੇ ਸੀਨੀਅਰਸ ਹੈ ਹਮਨੇ ਇਨਸੇ ਬਾਤ ਕੀਤੀ ਤਦ ਤੱਕ ਇਹਨੇ ਵੀ ਨਹੀਂ ਦੱਸਦਾ ਕਿ ਹਾਂ ਇਹਨਾਂ ਦਾ ਕੀ ਸਿਸਟਮ ਚੱਲ ਰਿਹਾ ਹੈ हमें मतलब 2-2 3 मंथ बाद हमें जब वो वहां से विजिट करने आए थे जो आईएचएम ऑस्ट्रेलिया से उन्होंने हमें कुछ अलग गाइडलाइंस बताई जब हमने इनसे बात की कि हां ये बात सही उन्होंने कहा नहीं नहीं ऐसा कुछ नहीं है आपके साथ जो हमने आपसे प्रॉमिस किए वही चलेगा और आप फर्दर इनसे क्वेरी मैम ਤੁਸੀਂ ਦੱਸੋ ਕਿਵੇਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਇੱਕ ਵਾਰ ਵੀ ਨਹੀਂ ਪਤਾ ਲੱਗਿਆ ਕਿ ਕੁਝ ਨਾ ਕੁਝ ਗੜਬੜ ਚੱਲ ਰਹੀ ਹੈ ਨਹੀਂ ਸਰ ਐਕਚੁਅਲੀ ਗੜਬੜ ਦਾ ਤਾਂ ਉਦੋਂ ਪਤਾ ਲੱਗਦਾ ਕਿਉਂਕਿ ਜਿਹੜਾ ਕੋਰਸ ਸੀਗਾ दैट वाज ਜੈਨੂਇਨ ਠੀਕ ਆ ਬਿਲਕੁਲ ਜੈਨੂਇਨ ਸੀਗਾ ਅਸੀਂ ਆਈਐਮ ਐਚਐਮ ਦੇ ਵਿੱਚ ਇਨਕੁਆਰੀਜ਼ ਕੀਤੀਆਂ ਸਾਰਾ ਕੁਝ ਜੈਨੂਇਨ ਸੀਗਾ ਬਟ ਜਿਹੜੀ ਮਤਲਬ ਫਰਾਡੈਂਟ ਹੋਈ ਹੋ ਇਹਨਾਂ ਵੱਲੋਂ ਹੋਈ ਹੈ ਇਹਨਾਂ ਨੇ ਸਾਡੀਆਂ ਫੀਸ ਨੇ ਜਿਹੜੀਆਂ ਉਧਰ ਪੇ ਨਹੀਂ ਕੀਤੀਆਂ ਜਦੋਂ 6 ਮਹੀਨੇ ਤੱਕ ਸਾਨੂੰ ਡਿਊਜ਼ ਹੀ ਸਾਡੇ ਦਿਖੀ ਗਏ ਕਿ ਡਿਊਜ਼ ਪੋਰਟਲ ਦੇ ਵਿੱਚ ਅਪਡੇਟ ਕਰਦੇ ਸੀ ਉਹ ਕਿ ਤੁਹਾਡੇ ਡਿਊਸ ਕਲੀਅਰ ਨਹੀਂ ਆ ਤਾਂ ਅਸੀਂ ਰੇਜ਼ ਕੀਤੇ ਹਨਾ ਕੁਰੀਜ਼ ਰੇਜ਼ ਕੀਤੀਆਂ ਫਿਰ ਇਹਨਾਂ ਨੇ ਸਾਨੂੰ ਕੀ ਕਿਹਾ ਕਿ ਨਹੀਂ ਆਈਚਐਮ ਤਾਂ ਵੈਸੇ ਹੀ ਬੋਲ ਰਿਹਾ ਤੁਹਾਡੇ ਕੋਲੋਂ ਸਾਰੇ ਤੁਹਾਡੇ ਅਫੀਸਾਂ ਜਾ ਚੁੱਕੀਆਂ ਨੇ ਉਧਰ ਤੇ ਫਿਰ ਸਰ ਜਦੋਂ ਉਹਨਾਂ ਦਾ ਬਾਰ ਬਾਰ ਆਈ ਗਿਆ ਆਈ ਗਿਆ ਰਿਪਲਾਈ ਉਹਨਾਂ ਨੂੰ ਬੱਚਿਆਂ ਦੀਆਂ ਕੁਰੀਜ਼ ਵਧ ਗਈਆਂ ਵਧੀਆਂ ਫਿਰ ਉਹਨਾਂ ਨੇ ਇੱਕ ਸਟੈਪ ਲਿਆ ਕਿ ਮਤਲਬ ਉਹਨਾਂ ਨੇ ਇਹਨਾਂ ਨਾਲੋਂ ਜਿਹੜਾ ਆਪਣੀ ਕੰਟੈਕਟਸ਼ਿਪ ਸੀਗੀ ਉਹ ਇਹਨਾਂ ਉਹਨਾਂ ਨੇ ਰੱਦ ਕਰਤੀ ਆਪਣੀ ਕੋਈ ਗਿਆ ਮੈਂ ਪਹਿਲਾਂ ਕੋਈ ਤੁਹਾਡੇ ਨੌਲੇਜ ਵਿੱਚ ਕੋਈ ਬੰਦਾ ਗਿਆ ਹੋਵੇ ਬਾਹਰ ਗਿਆ ਹੋਵੇ ਪੀਆਰ ਵਾਕਈ ਲੱਗੀ ਹੋਵੇ ਜੀ ਨਹੀਂ ਸਰ ਇਹਨਾਂ ਦੇ ਥਰੂ ਤਾਂ ਕੋਈ ਨਹੀਂ ਗਿਆ ਕਿਉਂਕਿ ਮੈਂ ਫਰਸਟ ਬੈਚ ਸੀਗੀ ਤੇ ਫਰਸਟ ਸਟੂਡੈਂਟ ਸੀ ਇਹਨਾਂ ਦਾ ਤੇ ਇਹਨਾਂ ਨੇ ਸਾਡੇ ਨਾਲ ਹੀ ਫਰਾਡ ਕੀਤਾ ਕਿਉਂਕਿ ਇਹਨਾਂ ਕੋਲ ਪੂਰੀ ਜਦੋਂ ਇਹਨਾਂ ਨੂੰ ਪੁੱਛਣਾ ਕਿ ਅਸੀਂ ਉਧਰ ਇਦਾਂ ਇਦਾਂ ਕੁਝ ਹੋ ਰਿਹਾ ਵੀ ਸਾਡੇ ਨਾਲ ਸਹੀ ਹੋਊਗਾ ਇਹ ਕਹਿੰਦੇ ਸੀਗੇ ਕਿ ਹਾਂ ਤੁਸੀਂ ਮਤਲਬ ਇਸ ਚੀਜ਼ ਲਈ ਹੀ ਜਾ ਰਹੇ ਹੋ ਤੇ ਅਸੀਂ ਭੇਜਾਂਗੇ ਅਸੀਂ ਬੈਠੇ ਆ ਤੁਹਾਡੀ ਫੀਸ ਵੀ ਅਸੀਂ ਕੱਟ ਕਰਾਵਾਂਗੇ ਹਰ ਇੱਕ ਚੀਜ਼ ਤੁਹਾਨੂੰ ਅਸੀਂ ਉਧਰ ਹੀ ਪਹੁੰਚਾਣਾ ਤੁਹਾਨੂੰ ਜੀਐਨਐਮ ਕਰਕੇ ਆਰਐਨ ਮਿਲ ਰਹੀ ਹੈ ਆਸਟ੍ਰੇਲੀਆ ਦੀ ਤੁਹਾਨੂੰ ਹੋਰ ਕੀ ਚਾਹੀਦਾ ਸਾਡੇ ਤੇ ਯਕੀਨ ਕਰੋ ਅਸੀਂ ਬੈਠੇ ਆ ਤੇ ਇਥੋਂ ਤੱਕ ਵੀ ਕ੍ਰਿਸਪੀ ਖੇਰਾ ਨੇ ਬੱਚਿਆਂ ਨੂੰ ਧਮਕੀਆਂ ਦਿੱਤੀਆਂ ਨੇ ਕਿ ਜੇ ਤੁਸੀਂ ਸਾਡਾ ਸਾਡੀ ਗੱਲ ਨਹੀਂ ਮੰਨੋਗੇ ਜਾਂ ਕੁਰੀਜ਼ ਰੇਜ਼ ਕਰੋਗੇ ਤਾਂ ਅਸੀਂ ਤੁਹਾਡਾ ਕਰੀਅਰ ਬਰਬਾਦ ਕਰ ਸਕਦੇ ਆ ਕਿਉਂਕਿ ਅਸੀਂ ਡਾਇਰੈਕਟ ਆਈਐਚਐਮ ਤੋਂ ਤੁਹਾਨੂੰ ਉਹ ਕੋਰਸ ਹੈ ਜਿਹੜਾ ਉਹ ਲੀਡ ਕਰਾ ਰਹੇ ਆ ਤੁਸੀਂ ਦੱਸੋ ਜੀ ਕਿਉਂਕਿ 2019 ਤੋਂ ਜਿਵੇਂ ਦੱਸੇ ਸੀਗੇ 2019 ਤੋਂ ਤੁਸੀਂ ਲੰਮਕੇ ਹੋਏ ਹੋ ਬਾਕੀ ਹੋਰ ਕੰਮ ਵੀ ਸ਼ਾਇਦ ਕਰ ਲੈਂਦੇ ਤਾਂ ਉਹਦੇ ਵਿੱਚ ਕਾਮਯਾਬ ਹੋ ਜਾਂਦੇ ਲੇਕਿਨ ਪੈਸੇ ਵੀ ਖਰਾਬ ਹੋ ਗਏ ਸਮਾਂ ਵੀ ਖਰਾਬ ਹੁੰਦਾ ਜਾ ਰਿਹਾ ਉਤੋਂ ਕੋਵਿਡ ਦੇ ਚੱਲਦੇ ਵੈਸੇ ਵੀ क्राइसिस चल रहा है सो so, फ्यूचर की देख रहे हो सारे अपना सर एक्चुअली ऐसा है 2020 जनवरी में इनटेक हुआ था इनका जो बात हुई थी आईएचएम वालों की तरफ से इन्होंने बोला था कि हम लोग एजेंट हैं हम लोग उनके बिहाफ पर तुम्हें कोर्स कराएंगे और पीआर तक की इन्होंने गारंटी हमें दी थी उसके बाद जैसे जैसे टाइम निकलता गया जब इन्होंने फर्स्ट सेमेस्टर की हमसे फीस चार्ज करी फीस इन्होंने स्टार्टिंग में दस लिए थे एक हमें शक ये भी हुआ था एक टाइम पे कि इन्होंने जब भी हमें बोला कि दस हजार आपने देना है बट वो दस हजार रिफंडेबल है रिफंडेबल का मतलब क्या है कि इन केस हम आपके डॉक्यूमेंट्स लेंगे आईएचएम भेजेंगे अगर आपका आईएचएम में एक्सेप्ट हो जाता है तो आपको एडमिशन दिया जाएगा वरना आपकी फीस रिमबर्स हो जाएगी पर तकरीबन हम, इनके जो मेरी वाइफ का एडमिशन था यहाँ पे तकरीबन बावन से पचपन बच्चों ने एडमिशन यहाँ पर लिया और देखने की बात ये थी कि, कि किसी ने बी करी है किसी ने जी किया है किसी ने कोई भी क्वालिफिकेशन की है इन लोगों ने उसकी ऑफर लेटर या उसकी एक्सेप्टेंस ला दी है मतलब कि इनका एंड जो पर्पज था वो सिर्फ पैसे लेना था और सिर्फ इन्होंने ठगी करना था हमारे साथ ठीक है उसके बाद जैसे जैसे टाइम बीता गया जब इन्होंने सबसे उसके बाद सेकंड फेक कमिटमेंट इन्होंने क्या किया कि हम लोग आप लोगों को लाइव लेक्चर्स देंगे जो नर्सिस को इन्होंने कमिटमेंट किया कि आईएचएम से लाइव लेक्चर्स दिखाया करेंगे ऑस्ट्रेलिया से बट जब इन्होंने कोर्सेज़ जब क्लासेस लगाना स्टार्ट की इनको रिकॉर्डेड लेक्चर्स देना स्टार्ट किया रिकॉर्डेड लेक्चर्स में वही अपना कोई एक रिकॉर्डेड कोई एक बंदा वो इनको लेक्चर दे रहा होता था इन्होंने जब ऑब्जेक्शन किया धीरे धीरे उसके बाद फिर इनको लगा कि हम लोग फंस रहे हैं तो धीरे धीरे इन लोगों ने उस चीज़ को मोल्ड किया इन्होंने लाइव लेक्चर्स वहां से लेने स्टार्ट किए उसके बाद जैसे जैसे टाइम बीता गया उसके बाद इन्होंने अपना आ, एग्जाम के लिए इन्होंने कमिटमेंट करा था कि हम लोग एग्जाम के लिए तुम्हें पूरी हेल्प करेंगे बट वहाँ पर टीचर्स पार्टीज कर रही होती थी ठीक है और दूसरा मतलब किसी भी एंड का सपोर्ट अगर इन लोगों ने मांगा तो इन लोगों को एक तरह से इग्नोर कर दिया गया स्टाफ वहाँ पर नहीं होता था टाइमली बहुत मेरे ख्याल इनके तीन चार महीने के टाइम ड्यूरेशन के एक, मेरे बीच में दो से तीन बार तो एक एक फैकल्टी ही चेंज हो गई थी ठीक है सर इसके बाद अपना ये सब करने के बावजूद एग्जाम दिया और हमारा बैच तो जो मेरी वाइफ का बैच था और जो ये जहाँ जो ये स्टाफ सारे खड़े हैं इन लोगों का जैन ट्वेंटी ट्वेंटी बैच था इससे पहले दो बैचेज इन्होंने और निकाले थे एक अपना जुलाई एंड टेक था उसमें सेवनटीन स्टूडेंट्स थे वो भी उनका भी अभी तक सब कुछ उन्होंने क्लियर किया हुआ है सब कुछ करा हुआ है इन्होंने बोला था विद इन वन ईयर हम लोग करा कर देंगे बट तकरीबन डेढ़ साल हो गया अभी तक उन बच्चों का भी कुछ नहीं आता पता कुछ नहीं पता लगा वहाँ से वहाँ के भी कुछ बच्चे यहाँ पर हैं और आज हम लोग जो यहाँ इकट्ठे हुए थे वो एक म्यूचुअल डिसीजन पे हुए थे हमें यहाँ से एक्चुअली और एक और चीज मैं आपको बताना चाहूंगा कि जो आईएचएम है जिनके इन्होंने अपने आप को एजेंट बताकर हमसे पैसे लिए थे उन्होंने भी इनके खिलाफ एन आर आई विंग जहाँ पर अभी हम खड़े हैं वहां पे इन्होंने उन लोगों ने भी इनके खिलाफ कंप्लेंट करी है कि आई एच एम वाले अपना की आप लोग अपना इस तरह से बच्चे परेशान हो रहे हैं आप लोग अपने एंड पे एक्शन लें ठीक है इन्होंने हमसे फीस ली बट उन लोगों को पे नहीं की ठीक है पे करते तो उसके बाद उनकी तरफ से कोई रिवर्ट भी आता तो मतलब कि इन्होंने इनका सीधा सा मेन मकसद यही था कि हम लोगों के साथ इन्होंने मतलब एक हेराफेरी करनी है और पैसा लेकर और हर बच्चा क्योंकि यहाँ पर जॉब से रिलेटेड है हर बच्चा जॉब वाला है तो इनको पता है कि तीन साढ़े तीन लाख रुपए ले लेंगे बच्चों को इतना टाइम नहीं मिलेगा बट हम लोग डेढ़ दो साल हो गए हैं मशक्कत करते हुए और पहले हमने एस ऑफिस में केस दे, डाला था वहां पर कोविड करके फिर वहाँ पर अफसर नहीं बैठते थे सुनवाई हुई थी बट उसके बाद बुलाते थे अपना दोनों तरफ से बात होती थी कोविड के चलते फिर उन्होंने इग्नोर कर दिया उसके बाद फिर हमें एन आर आई विंग से जब आई एच एम ने कम्प्लेट करी थी यहाँ पे तो एन आर आई विंग से हमें कॉल आना स्टार्ट हुआ कि आपकी यहाँ पर ऐसे कंप्लेंट आई है तो तब हमने यहाँ पर स्टार्ट किया था फॉलो करना और आज हम एस 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 पी साहब से मिले हैं यहाँ पर विकास अब्बरवाल जी से तो उन्होंने हमें इंश्योर किया है कि हम लोग इस चीज़ को और ज़्यादा प्रोसीड करेंगे और उम्मीद है कि आप लोगों को कुछ ना कुछ इसका कट शॉर्ट कंक्लूजन मिलेगा हाँ जी ਸੁਪਰੀਆ ਜੀ ਸੋ ਗੱਲਬਾਤ ਕਰ ਰਹੇ ਸੀਗੇ ਤਮਾਮ ਜਿਹੜੇ ਲੋਕ ਨੇ ਜੋ ਨਰਸਿੰਗ ਕੋਰਸ ਕਰਕੇ ਪੀਆਰ ਹੋ ਕੇ ਬਾਹਰ ਜਾਣਾ ਚਾਹੁੰਦੇ ਸੀ ਜਿਵੇਂ ਇਹਨਾਂ ਨੂੰ ਕਿਹਾ ਗਿਆ ਸੀ ਇੰਸਟੀਚੂਟ ਵੱਲੋਂ ਲੇਕਿਨ 2019 ਤੋਂ ਲੈ ਕੇ ਹੁਣ ਤੱਕ ਲੰਮਕੇ ਹੋਏ ਨੇ ਬਾਹਰ ਨਹੀਂ ਭੇਜਿਆ ਗਿਆ ਤੇ ਸੁਣਵਾਈ ਹੁਣ ਨਹੀਂ ਹੋ ਰਹੀ ਜਿੱਤੇ ਚਲਦੇ ਆਨ ਆਰ ਆਈ ਥਾਣੇ ਦੇ ਵਿੱਚ ਕੰਪਲੇਂਟ ਦਿੱਤੀ ਗਈ ਹੈ ਸੋ ਹੁਣ ਦੇਖਣ ਵਾਲੀ ਗੱਲ ਹੈ ਐਨ ਆਰ ਆਈ ਜਿਹੜੀ ਅਫੇਅਰਸ ਨਾਲ ਜਿਹੜੀ ਡੀਲ ਕਰਦੀ ਹੈ ਪੁਲਿਸ ਉਹ ਕਿਸ ਤਰੀਕੇ ਦੀ ਕਾਰਵਾਈ ਕਰਦੀ ਹੈ ਮੁਹਾਲੀ ਤੋਂ ਹਰਸ਼ਪ੍ਰਭ ਸਿੰਘ ਸਿੱਧੂ ਦੀ ਰਿਪੋਰਟ ਬਾਬੂ ਸ਼ਾਹੀ ਟਾਈਮਸ